ਲਓ ਜੀ, ਲਾਸਟ ਪਾਰਟ ਆਪਾਂ ਵੇਖਣ ਲੱਗੇ ਹਾਂ ਸਰਦਾਰ ਮੁਹੰਮਦ ਦਾ। ਤੇ ਚੌਧਰੀ ਨੂੰ ਵੀ ਅਕਲ ਆ ਗਈ, ਉਹਦੇ ਵੀ ਗੱਲ ਜਿਹੜੀ ਸਮਝ 'ਚ ਆ ਗਈ ਸੀ ਪਿਛਲੇ ਪਾਰਟ ਵਿੱਚ, ਤੇ ਉੱਥੋਂ ਹੀ ਮੈਨੂੰ ਲੱਗਦਾ ਹੁਣ ਹੈਲਪ ਕਰੇਗਾ ਜੀ, ਹੈਲਪ ਹੈ ਨਾ। ਕਰੇਗਾ, ਇਹਨੂੰ ਨਾਲ ਲੈ ਕੇ ਜਾਏਗਾ ਕਿਤੇ। ਇਸ ਲਈ ਮੈਂ ਤੈਨੂੰ ਇੱਕ ਗੱਲ ਦੱਸਣ ਆਇਆ, ਮੈਨੂੰ ਇੱਕ ਔਰਤ ਦਾ ਪਤਾ ਚੱਲਿਆ ਜੀ, ਉਹਦੀ ਕਹਾਣੀ ਵੀ ਤੇਰੇ ਨਾਲ ਮਿਲਦੀ ਜੁਲਦੀ ਹੈ। ਮੈਂ ਤੈਨੂੰ ਉਸ ਨੂੰ ਮਿਲਾਉਣਾ ਚਾਹੁੰਦਾ, ਸ਼ਾਇਦ ਉਹ ਤੇਰੀ ਮਾਂ ਹੀ ਹੋਵੇ। ਇਸ ਭਲੇ ਕੰਮ ਵਿੱਚ ਦੇਰ ਕਾਹਦੀ। ਚੱਲ ਸੇ ਉਹਨੂੰ ਵੀ ਲੱਗਦਾ ਉਸੇ ਉਹਦੇ ਪਤਾ ਚੱਲਿਆ ਅਖਬਾਰ ਵਾਲੇ ਨੂੰ। ਜੇ ਅਖਬਾਰ ਵਾਲਾ ਮੋਟਰਸਾਈਕਲ ਦੇ ਦੇ ਉਹਨੇ ਬਹੁਤ ਪਿੱਛਾ ਰਹਿ ਜਾਣਾ। ਉਹ ਤਾਂ ਮੈਂ 3 ਦਿਨਾਂ ਬਾਅਦ ਪਹੁੰਚੇਗਾ। ਇੱਥੋਂ ਇੱਕ ਵੀਰਾ ਕਹਿੰਦਾ ਸੀ, ਕਹਿੰਦਾ ਇੱਥੇ ਜਦੋਂ ਪਿੰਡ ਦੇ ਅੰਦਰ ਵੜਦਾ ਨਾ, ਕਹਿੰਦਾ ਉਦੋਂ ਵੀ ਕਹਿੰਦਾ ਬੜੇ ਇਮੋਸ਼ਨਲ ਦੇ ਸੀਨ ਹੈ, ਕਹਿੰਦਾ ਉਹ ਲਾਜ਼ਮੀ ਸੀ ਬਹੁਤ ਨਾ ਕਹਿੰਦੇ ਸੀ।
ਬਾਈ ਸਰਜੀਤ ਜਦੋਂ ਇੰਡੀਆ ਤੋਂ ਪਾਕਿਸਤਾਨ ਨੂੰ ਤੁਰੇ ਸੀ ਉਸ ਵਕਤ ਮੈਂ ਬਿਲਕੁਲ ਵੀ ਨਹੀਂ ਸੀ ਇਹ ਸੋਚਿਆ ਵੀ ਮੈਂ ਆਪਣੇ ਭਰਾ ਨੂੰ ਪਾਕਿਸਤਾਨ ਛੱਡ ਕੇ ਵਾਪਸ ਇਕੱਲਾ ਆਊਂਗਾ। ਬਚਪਨ ਤੋਂ ਲੈ ਕੇ ਜਵਾਨੀ ਤੱਕ ਸਾਰੀ ਜ਼ਿੰਦਗੀ ਜਿਸ ਭਰਾ ਨਾਲ ਬਤਾਈ ਹੋਵੇ ਉਸ ਨੂੰ ਛੱਡ ਕੇ ਆਉਣਾ ਅੱਜ ਵੀ ਮੈਨੂੰ ਬਹੁਤ ਦੁੱਖਦਾਈ ਲੱਗਦਾ ਹੈ। ਅੱਜ ਵੀ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਉਹ ਟਾਈਮ ਪਾਕਿਸਤਾਨ ਤੋਂ ਲੈ ਕੇ ਇੰਡੀਆ ਤੱਕ ਇਕੱਲੇ ਨੇ ਕਿਵੇਂ ਸਫ਼ਰ ਕੀਤਾ, ਕਿਉਂਕਿ ਅੱਜ ਤੱਕ ਜੋ ਵੀ ਮੈਂ ਬਣਿਆ ਉਹਦੇ ਵਿੱਚ ਮੇਰੇ ਭਰਾ ਸਰਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ, ਮੇਰੇ 'ਚ ਵੀ ਰਿਹਾ, ਮੇਰੇ ਪਰਿਵਾਰ 'ਚ ਵੀ ਰਿਹਾ। ਬਾਈ ਸਰਜੀਤ ਸਿੰਘ ਨੇ ਸਾਡੇ ਪਰਿਵਾਰ ਲਈ ਬਹੁਤ ਕੁਛ ਕੀਤਾ ਜੋ ਮੈਂ ਇੱਥੇ ਨਹੀਂ ਦੱਸ ਸਕਦਾ। ਪਰ ਜਦੋਂ ਮੈਂ ਇੰਡੀਆ ਆ ਕੇ ਆਪਣੇ ਮਾਤਾ ਪਿਤਾ ਨੂੰ, ਬਾਕੀ ਪਰਿਵਾਰ ਨੂੰ ਇਹ ਸਾਰੀ ਦੁੱਖ ਭਰੀ ਕਹਾਣੀ ਦੱਸੀ ਵੀ ਹੁਣ ਸਰਜੀਤ ਆਪਾਂ ਨੂੰ ਸ਼ਾਇਦ ਬੜੀ ਮੁਸ਼ਕਲ ਨਾਲ ਹੀ ਦੁਬਾਰਾ ਮਿਲ ਪਾਵੇ, ਪਰ ਨਾਲ ਦੀ ਨਾਲ ਮੈਨੂੰ ਰੋਜ਼ ਯੂਟਿਊਬ 'ਤੇ ਵੀ ਦੇਖ ਕੇ, ਅਖਬਾਰਾਂ 'ਚ ਵੀ ਪੜ੍ਹ ਕੇ ਇੱਕ ਗੱਲ ਦਾ ਬੜਾ ਦੁੱਖ ਆਉਂਦਾ ਵੀ ਸੰਤਾਲੀ ਦੀ ਵੰਡ ਨੇ ਪਤਾ ਨਹੀਂ ਕਿੰਨੇ ਕੁ ਘਰ ਉਜਾੜੇ ਅਤੇ ਕਿੰਨੇ ਕੁ ਘਰਾਂ ਦੇ ਬੱਚੇ ਅੱਜ ਤੱਕ ਵੀ ਆਪਣੇ ਮਾਂ ਬਾਪ ਨੂੰ ਨਹੀਂ ਮਿਲ ਸਕੇ। ਮੈਂ ਪਰਮਾਤਮਾ ਅੱਗੇ ਦੁਆ ਕਰਦਾ ਵੀ ਹਰ ਇੱਕ ਪਰਿਵਾਰ ਨੂੰ ਬਾਈ ਸਰਜੀਤ ਵਰਗਾ ਭਰਾ ਜ਼ਰੂਰ ਮਿਲਣਾ ਚਾਹੀਦਾ ਜਿਹੜਾ ਕਿ ਆਪਣਿਆਂ ਨਾਲੋਂ ਵੱਧ ਪਾਲਕ ਪੁੱਤਰ ਹੁੰਦਾ ਹੋਇਆ ਵੀ ਸਕੇ ਪੁੱਤਰ ਨਾਲੋਂ ਵੱਧ ਹੋ ਕੇ ਆਪਣੇ ਮਾਂ ਬਾਪ ਦੀ ਸੇਵਾ ਕਰ। ਲੇਕਿਨ ਇਹ ਜਿਹੜਾ ਇੰਟਰਵਿਊ ਸੀ ਇਹ ਅਸਲ ਮਤਲਬ ਜਿਹੜਾ ਸੁਰਜੀਤ ਸੀ ਜਿਹੜਾ ਇਹ ਭਰਾ ਆਪ ਛੱਡ ਕੇ ਗਿਆ ਸੀ ਪਾਕਿਸਤਾਨ ਉਹਦਾ ਇੰਟਰਵਿਊ ਉਹ ਦੱਸਣਾ ਦਾ ਵੀ ਦਿਖਾਣੀ ਚਾਹੀਦੀ ਸੀ ਤਸਵੀਰ ਤੇ ਕੌਣ ਸੀ ਉਹ ਉਹਨਾਂ ਦੀ ਤਸਵੀਰ ਵੀ ਹੋਏਗੀ ਬਿਲਕੁਲ ਰੀਅਲ ਸਟੋਰੀ ਹੈ। ਵੇਖੋ ਕਿ ਸੰਤਾਲੀ ਵਿੱਚ ਮਤਲਬ ਕਿੰਨਾ ਕੁ ਯਾਰ ਮਤਲਬ ਬੜੇ ਬੱਚੇ ਇੱਕ ਚੀਜ਼ ਵੇਖੋ ਕਿ ਉਹ ਪੁੱਤਰ ਮਤਲਬ ਸੁਰਜੀਤ ਜਿਹੜਾ ਉੱਥੇ ਵੇਖੋ ਮਹਿਲਾਂ ਦੇ ਵਿੱਚੋਂ
ਉਹਦੀ ਤੇ ਉਹਦੀ ਮਾਂ ਜਿਹੜੀ ਉਹ ਮਤਲਬ ਕਿੰਨੇ ਸਾਲ ਉਹਨੇ ਕੱਢ ਛੜੇ ਉਹਦੇ ਲਈ, ਤੀਲੇ ਲਾਏ ਹੋਏ ਸੀ ਕਿ ਹਾਂ ਪੁੱਤਰ 1 ਸਾਲ ਦਾ 2 ਸਾਲ ਦਾ 3 ਸਾਲ ਇੰਨਾ ਹੋ ਗਿਆ ਏਡਾ ਏਡਾ ਨਹੀਂ ਮਤਲਬ ਉਹਦੀ ਲਾੜੀ ਹੋਈ ਕਿ ਅੱਜ ਏਡਾ ਹੋ ਗਿਆ ਹੋਏਗਾ ਏਡਾ ਹੋ ਗਿਆ ਏਡਾ ਕਹਿੰਦੇ ਸੀ ਰੋ ਰੋ ਕੇ ਉਹਦੀ ਅੱਖਾਂ ਦੀ ਦੀਦ ਚਲੇ ਗਈ ਹੈ ਬਹੁਤ ਹੀ ਇਮੋਸ਼ਨਲ ਮਤਲਬ ਕਿਸੇ ਵੀ ਫਿਲਮ ਨੇ ਇੰਨਾ ਇਮੋਸ਼ਨਲ ਨਹੀਂ ਕੀਤਾ ਅੱਜ ਤੱਕ ਜਿੰਨਾ ਮਤਲਬ ਇਹਨੇ ਇਮੋਸ਼ਨਲ ਕਿਉਂ ਕੀਤਾ ਕਿ ਇਹ ਜਦੋਂ ਵੇਖਣ ਡੇ ਸਾਂ ਤੇ ਜ਼ੇਨ ਦੇ ਵਿੱਚ ਦਿਲ ਦੇ ਵਿੱਚ ਇਹ ਸੀ ਕਿ ਯਾਰ ਬਿਲਕੁਲ ਰੀਅਲ ਮਤਲਬ ਇਦਾਂ ਇਹ ਸਟੋਰੀ ਹੈ ਕੋਈ ਆਪਣੇ ਕੋਲੋਂ ਹੁੰਦੀ ਹੈ ਨਾ ਫਿਲਮਾਂ ਆਪਾਂ ਵੇਖਣੇ ਆ ਤੇਜ਼ੀ ਲੱਗਦਾ ਕਿ ਯਾਰ ਇੱਕ ਸਟੋਰੀ ਹੈ ਬਸ ਠੀਕ ਹੈ ਫਿਲਮ ਬਣਾਈ ਹੈ ਲੇਕਿਨ ਇਹਦੇ ਵਿੱਚ ਤੇ ਬਿਲਕੁਲ ਰਿਐਲਿਟੀ ਜੋ ਮਤਲਬ ਹੋਇਆ ਸੀ ਇਹ ਉਹੀ ਜ਼ੇਨ ਦੇ ਵਿੱਚ ਘੁੰਮਦਾ ਪਿਆ ਸੀ ਕਿ ਕਿਵੇਂ ਮਤਲਬ ਯਾਰ ਇੱਕ ਮਾਂ ਜਿਹਨੇ ਇੱਕ ਮਾਂ ਜਿਹੜੀ ਇੱਧਰ ਰੋਣ ਰਹੀ ਸੀ ਇੱਕ ਮਾਂ ਉੱਧਰ ਹੈ ਜਿਹਨੇ ਪਾਲ ਕੇ ਪਾਲ ਪੋਸ ਕੇ ਜਵਾਨ ਕੀਤਾ ਜਿਹਦੀ ਮਾਂ ਦੀ ਅੱਖਾਂ ਦੀ ਰੋਸ਼ਨੀ ਵੀ ਚਲੇ ਗਈ ਉਹਨੇ ਫਿਰ ਵੀ ਆਪਣੇ ਪੁੱਤਰ ਨੂੰ ਪਹਿਚਾਣਿਆ ਬਹੁਤ ਵਧੀਆ ਯਾਰ ਬਹੁਤ ਵਧੀਆ ਚਲੋ ਬਾਕੀ ਜੇ ਨੈਕਸਟ ਵੀਡੀਓ ਬਾਰੇ ਚ ਦੇਖਨੇ ਆ ਬਲਕਿ ਕੱਲ ਹੀ ਵੇਖਾਂਗੇ ਹੁਣ ਮਤਲਬ ਦਿਲ ਜਿਹੜਾ ਨਾ ਬੜਾ ਅਫਸੁਰਦਾ ਜਿਹਾ ਹੋਇਆ ਪਿਆ ਹੈ ਮਤਲਬ ਇਜਾਜ਼ਤ ਦਿਓ ਯਾਰ।